ਕੇ ਅੱਜ ਕਿਸੇ ਦੇ ਮਿੱਟੀ ਦੀ ਟੋਕਰੀ ਭਰੋ ਸਿਰ ਦੇ ਉੱਤੇ, ਕੋਈ ਪਿਆਰ ਨਾਲ ਢੋਵੇ, ਕੋਈ ਸ਼ਰਧਾ ਨਾਲ ਢੋਵੇ, ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਢੋਈਆਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ। ਅੱਜ ਝੋਲੀਆਂ ਭਰਦੀਆਂ ਨੇ ਜਿਹਨੂੰ ਕਿਤੇ ਥਾਂ ਨਹੀਂ ਨਾ ਮਿਲਦਾ, ਕਿਤੋਂ ਆਰਾਮ ਨਹੀਂ ਆਉਂਦਾ, ਜਿਹਨੂੰ ਕਿਤੋਂ ਵੀ ਹੱਥ ਖੜੇ ਹੋ ਗਏ ਉਹ ਜਾ ਉੱਥੇ ਚਰਨਾਂ 'ਚ ਡਿੱਗਦਾ। ਤੇ ਸਤਿਗੁਰ ਸ਼ਰਨੀ ਆਇਆ ਬਹੁੜ ਨਹੀਂ ਵਿਨਾਸ਼, ਉਹ ਸ਼ਰਨੀ ਆਇਆ ਦੀ ਲਾਜ ਰੱਖਦਾ ਹੈਗਾ। ਯਾਦ ਰੱਖਿਓ, ਜੋ ਤੇਰੀ ਸ਼ਰਨਾਈ ਹਰ ਜੀਓ, ਤਿੰਨ ਤੂੰ ਰਾਖਣ ਜੋਗ, ਤੁਧ ਜੇਵੜ ਮੈਂ ਅਵਰ ਨਾ ਸੂਝੈ ਨਾ ਕੋ ਹੋਆ ਨਾ ਹੋ। ਸੇਵਾ 'ਚ ਲਾਇਆ ਤੇ ਉਹ ਯਤੀਮ ਜਿਹਦੇ ਮਾਂ ਪਿਓ ਵੀ ਸਿਰ ਤੇ ਨਹੀਂ, ਤੇ ਉਹ ਸੇਵਾ ਦਾ ਫਲ ਕਿੱਡਾ ਪਾਇਆ ਕਿ ਐਸ ਗੁਰਗੱਦੀ ਦੇ ਮਾਲਕ ਬਣ ਗਏ, ਸਾਰੀ ਕਾਇਨਾਤ ਦਾ ਮਾਲਕ ਬਣ ਗਿਆ ਇੱਕ ਟੋਕਰੀਆਂ ਢੋਣ ਵਾਲਾ। ਇਹ ਗੁਰੂ ਘਰ ਦੀ ਸੇਵਾ ਬੜੀ ਮਹਾਨ ਹੈ ਪਿਆਰਿਓ। ਅੱਖਾਂ ਬੰਦ ਕਰਕੇ ਗੁਰੂ ਤੇ ਭਰੋਸਾ ਰੱਖ ਕੇ ਕਰ ਲਓ ਜਿੰਨੀ ਹੁੰਦੀ ਹੈ। ਕਿਸੇ ਦੀ ਨਾ ਸੁਣੋ, ਕੋਈ ਗਾਲਾਂ ਵੀ ਕੱਢੇ, ਕੋਈ ਮਾੜਾ ਵੀ ਕਹੇ, ਕਹੀ ਜਾਵੇ, ਕੋਈ ਪਰਵਾਹ ਨਾ ਕਰੋ, ਆਪਣੇ ਗੁਰੂ ਦੇ ਬਚਨ ਤੇ ਭਰੋਸਾ ਰੱਖੋ। ਬਸ ਸਾਥ ਤਾਂ ਗੁਰੂ ਨੇ ਦੇਣਾ, ਦੁਨੀਆਂ ਨੇ ਥੋੜ੍ਹੀ ਦੇਣਾ। ਦੁਨੀ ਨਾ ਚਾਲੀ ਸਾਥ, ਸੰਸਾਰ ਦਾ ਕੀ ਹੈ। ਆਓ ਵਿਚਾਰ ਕਰਦੇ ਸੀਗੇ ਕਿ ਜਿਹਦੇ ਖੁਸ਼ੀ ਹੁੰਦੀ ਹੈ ਨਾ ਮੇਰੇ ਮਾਲਕ ਦੀ, ਮੇਰੇ ਗੁਰੂ ਦੀ, ਉਹਨੂੰ ਸੇਵਾ ਚ ਲਾ ਲੈਂਦਾ ਵੀ ਆਹ ਤੂੰ ਸੇਵਾ ਭਾਂਡੇ ਮਾਂਜ, ਆਹ ਤੂੰ ਸੰਗਤ ਦੀ ਸੇਵਾ ਕਰ। ਠਾਕਰ ਆਪਣੇ ਤੇ ਸੋਈ ਸੋਈ ਦੇਵ ਪ੍ਰਤੱਖ ਕੌਤਕ ਕੀਤੀ ਹੈ ਮਹਾਰਾਜ ਨੇ। ਪ੍ਰਤੱਖ ਸਾਹਮਣੇ, ਉਹਨੂੰ ਕਿਸੇ ਦਾ ਭੈ ਨਹੀਂ, ਡਰ ਨਹੀਂ, ਉਹ ਮਾਲਕ ਹੈ, ਜੋ ਮਰਜ਼ੀ ਕਰ ਦੇ। ਅੱਠਵੇਂ ਪਾਤਸ਼ਾਹ ਮਹਾਰਾਜ 5 ਸਾਲ ਦੀ ਉਮਰ ਦੇ ਵਿੱਚ, ਕਿੰਨੀ ਕੁ ਹੁੰਦੀ ਹੈ ਸਰੀਰ ਦੀ ਉਮਰ, 5 ਸਾਲ ਦੀ ਉਮਰ ਵਿੱਚ ਆ ਗੁਰਗੱਦੀ ਤੇ ਬੈਠੇ ਤੇ ਗੁਰੂ ਪਾਤਸ਼ਾਹ ਮਹਾਰਾਜ ਦਿੱਲੀ ਨੂੰ ਜਾ ਰਹੇ ਹੈ ਤੇ ਪੰਜੋਖਰੇ ਨਗਰ ਦੇ ਵਿੱਚ ਇਦਾਂ ਦਾ ਦੀਵਾਨ ਸਜ ਗਿਆ, ਦਰਬਾਰ ਸਜ ਗਿਆ ਜਿਵੇਂ ਹੁਣ ਸਜਿਆ ਹੋਇਆ। ਸੰਗਤ ਬੈਠੀ ਹੈ, ਕੁਛ ਲੰਗਰ ਛਕ ਰਹੇ ਨੇ, ਕੋਈ ਦਰਬਾਰ 'ਚ ਬੈਠੇ ਨੇ, ਕੋਈ ਬਾਣੀ ਸੁਣ ਰਹੇ ਨੇ। ਤੇ ਉੱਥੇ ਗੁਰੂ ਪਾਤਸ਼ਾਹ ਮਹਾਰਾਜ ਕੋਲੇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਮਹਾਰਾਜ ਦੇ ਦਰਸ਼ਨਾਂ 'ਚ ਹੀ ਇੰਨੀ ਤਾਕਤ ਸੀ, ਨਦਰ ਵਿੱਚ ਹੀ ਇੰਨੀ ਤਾਕਤ ਸੀ। ਨਾਨਕ ਨਦਰੀ ਉਹ ਕਰ ਸਕਦਾ, ਉਹਦੀਆਂ ਨਦਰਾਂ ਵਿੱਚ ਪਾਵਰ ਹੈ, ਸ਼ਕਤੀ ਹੈ ਉਹਦੀਆਂ ਨਦਰਾਂ ਵਿੱਚ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ, ਨਦਰਾਂ ਵਿੱਚ ਤਾਕਤ ਹੈ। ਜਿਵੇਂ ਆਪਾਂ ਕਹਿੰਦੇ ਨੇ ਮੇਰੀਆਂ ਨਦਰ ਨਾਲ ਹੀ ਮੋਬਾਈਲ ਖੁੱਲ੍ਹ ਜਾਂਦਾ ਮੇਰਾ, ਉਹਦੀਆਂ ਨਦਰਾਂ ਦੇ ਨਾਲ ਜਿੰਦੇ ਖੁੱਲ੍ਹ ਜਾਂਦੇ ਆ, ਤਾਲੇ ਖੁੱਲ੍ਹ ਜਾਂਦੇ ਆ, ਜਿਹੜੇ ਲੋਕ ਲੱਗੇ ਹੋਏ ਆ, ਜਿਹੜੇ ਖੁੱਲ੍ਹਦੇ ਨਹੀਂ। ਜਿਨਕਾ ਗ੍ਰਹਿਤਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅਣਕ ਉਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਰਨਾਈ। ਇਹਨੂੰ ਜਿੰਦਾ ਲਾਇਆ ਹੋਇਆ, 9 ਦੁਆਰੇ ਖੋਲ ਕੇ 10ਵੇਂ ਨੂੰ ਜਿੰਦਾ ਲਾ ਕੇ ਕੁੰਜੀ ਗੁਰੂ ਕੋਲੇ, ਉਹ ਵੀ ਖੋਲ ਦਿੰਦਾ ਨਦਰਾਂ ਨਾਲ, ਖੋਲ ਦਿੰਦਾ, ਖੁੱਲਦਾ। ਸੋ ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਤੇ ਉੱਥੇ ਇੱਕ ਪੰਡਿਤ ਆਇਆ। ਅੱਜ ਵੀ ਲੋਕਾਂ ਨੂੰ ਬੜਾ ਵਹਿਮ ਹੈ, ਕਈਆਂ ਨੂੰ ਜੇ ਕੋਈ 4 ਅੱਖਰ ਪੜ੍ਹ ਜੇ ਨਾ, ਪੜ੍ਹ 4 ਅੱਖਰ ਪੜ੍ਹ ਕੇ ਤੇ ਉਹ ਗੁਰੂ ਘਰ ਤੇ ਉਂਗਲਾਂ ਚੁੱਕਣ ਲੱਗ ਜਾਂਦਾ ਵੀ ਮੈਂ ਬੜਾ ਸਿਆਣਾ, ਇਹ ਪਹਿਲਾਂ ਤੋਂ ਹੀ ਹੈ। ਤੇ ਯਾਦ ਰੱਖਿਓ ਗੱਲ ਇੱਕ, ਪੜ੍ਹਨਾ ਕੋਈ ਮਾੜਾ ਨਹੀਂ ਹੈ, ਪੜ੍ਹਾਈ ਮਾੜੀ ਨਹੀਂ, ਪੜ੍ਹਾਈ ਚੰਗੀ ਹੈ। ਪੜ੍ਹ ਕੇ ਹੰਕਾਰ ਆ ਜਾਣਾ, ਮਾਣ ਆ ਜਾਣਾ ਤੇ ਗੁਰੂ ਤੇ ਵੀ ਉਂਗਲਾਂ ਚੁੱਕਣ ਲੱਗ ਜਾਣੀਆਂ, ਉਹ ਪੜ੍ਹਾਈ ਤਾਂ ਨਰਕਾਂ ਨੂੰ ਲੈ ਜਾਂਦੀ ਹੈ। ਉਹ ਪੜ੍ਹਾਈ, ਉਹ ਵਿਦਿਆ, ਕਈਆਂ ਨੂੰ ਗੁਰੂ ਨੂੰ ਨੀਵਾਂ ਦਿਖਾਉਣਾ, ਐਸੇ ਬੜੇ ਆਏ ਨੇ ਗੁਰੂ ਤੇ। ਯਾਦ ਰੱਖਿਓ ਇੱਕ ਗੱਲ ਨੂੰ,
ਜਿੰਨੀ ਬਾਣੀ ਹੈ ਨਾ ਗੁਰੂ ਘਰ ਦੇ ਵਿੱਚ ਭਗਤਾਂ ਦੀ ਬਾਣੀ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਸੀ, ਜਿਹੜੇ ਆਪ ਵਿਕੇ ਹੋਏ ਸੀ, ਜਿਨ੍ਹਾਂ ਦੇ ਹਉਮੈ ਅੰਦਰ ਕਿਣਕਾ ਵੀ ਨਹੀਂ ਬਚੀ, ਉਹਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪੜ੍ਹੇ ਲਿਖੇ ਉਦੋਂ ਵੀ ਬੜੇ ਸੀ, ਪੰਡਿਤ ਉਦੋਂ ਵੀ ਬੜੇ ਸੀ, ਬਹੁਤ ਕੁਛ ਸੀਗਾ ਉਦੋਂ ਗੁਰੂਆਂ ਦੇ ਸਮੇਂ ਵੀ ਜਦੋਂ ਬਾਣੀ ਲਿਖੀ ਹੈ। ਪਰ ਬਾਣੀ ਜੇ ਕਿਸੇ ਦੀ ਲਿਖੀ ਹੈ ਨਾ, ਜਿਹਦੇ ਅੰਦਰ ਪ੍ਰੇਮ ਛੱਲਾ ਮਾਰਦਾ ਹੈ, ਰਵਿਦਾਸ ਵਰਗੇ, ਕਬੀਰ ਵਰਗੇ, ਨਾਮਦੇਵ ਵਰਗੇ, ਫਰੀਦ ਵਰਗੇ, ਉਹਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇੱਥੇ ਚਲਾਕੀਆਂ ਨੂੰ ਕੋਈ ਥਾਂ ਨਹੀਂ, ਹੁਸ਼ਿਆਰੀਆਂ ਨੂੰ ਕੋਈ ਥਾਂ ਨਹੀਂ, ਇਹੋ ਜਿਹੀਆਂ ਮੱਤਾਂ ਚੱਕੀ ਫਿਰੇ। ਗੁਰ ਕੀ ਮਤ ਤੂੰ ਲੇ ਇਹ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ, ਇਹੋ ਜਿਹੀਆਂ ਸਿਆਣਪਾਂ ਦੀ ਚੱਲਦੀਆਂ ਇੱਥੇ। ਇੱਥੇ ਪ੍ਰੇਮ ਚੱਲਦਾ, ਸ਼ਰਧਾ ਚੱਲਦੀ ਹੈ, ਮਾਲਕ ਤੇ ਯਕੀਨ ਚੱਲਦਾ, ਸਭ ਕੁਛ ਤੂੰ ਹੈ ਮੈਂ ਕੁਛ ਨਾਹੀਂ, ਇੱਥੇ ਖੇਡ ਵਰਤਦੀ ਹੈ। ਤੇ ਆਓ, ਪੰਡਿਤ ਨੂੰ ਥੋੜਾ ਜਿਹਾ ਸੀਗਾ ਹੰਕਾਰ, ਉਹ ਸੀਗਾ ਆਪਣੇ ਇਲਾਕੇ ਦੇ ਵਿੱਚ ਮੰਨਿਆ ਪਰ ਮੰਨਿਆ, ਮੇਰੇ ਮੂਹਰੇ ਤਾਂ ਖੜਦਾ ਕੋਈ ਨੀ। ਉਦੋਂ ਪੜ੍ਹੇ ਲਿਖੇ ਵੀ ਲੋਕ ਘੱਟ ਹੁੰਦੇ ਸੀ, ਗ੍ਰੰਥਾਂ ਦਾ ਉੱਠ ਲੱਦੀ ਫਿਰਦਾ ਸੀ, ਜਿੱਥੇ ਕਿਤੇ ਦੇਖ ਲੈਂਦਾ ਕਿਸੇ ਕੋਲੇ ਗ੍ਰੰਥ ਹੈ ਤੇ ਉਹਨੂੰ ਜਾ ਕੇ ਸਵਾਲ ਜਵਾਬ ਕਰਦਾ, ਸ਼ਰਤ ਇਹੋ ਹੀ ਰੱਖਦਾ ਕਿ ਜੇ ਤੂੰ ਮੇਰੇ ਸਵਾਲਾਂ ਦਾ ਜਵਾਬ ਦੇਤਾ ਤਾਂ ਮੇਰੇ ਗ੍ਰੰਥ ਲੈ ਲਈ, ਜੇ ਮੈਂ ਜਿੱਤ ਗਿਆ ਮੈਂ ਤੇਰੇ ਗ੍ਰੰਥ ਲੈ ਲੂੰਗਾ। ਤੇ ਗ੍ਰੰਥਾਂ ਜਿੱਤ ਜਿੱਤ ਕੇ ਉੱਠ ਲੱਦੀ ਫਿਰਦਾ ਸੀ, ਤੇ ਜਦੋਂ ਆਇਆ ਨਾ ਸਾਹਮਣੇ ਤੇ ਉੱਥੇ ਰੌਣਕ ਸੀਗੀ ਸੰਗਤ ਦੀ, ਤੇ ਆ ਕੇ ਕਹਿਣ ਲੱਗਿਆ, ਇੱਕ ਸਿੱਖ ਨੂੰ ਪੁੱਛਦਾ ਇਹ ਕੱਠ ਬੱਠ ਜਾ ਕਿਹੜੀ ਗੱਲ ਦਾ ਬਈ ਇੱਥੇ। ਉਹ ਸਿੱਖ ਕਹਿਣ ਲੱਗਿਆ, ਇਹ ਕੱਠ ਬੱਠ ਨਹੀਂ, ਇਹ ਹੰਸ ਨੇ ਇੱਥੇ, ਹੰਸ ਇਹ ਹੰਸ ਮੋਤੀ ਚੁਗਣ ਵਾਸਤੇ ਇੱਥੇ ਆਏ ਆ। ਮਤ ਵਿੱਚ ਰਤਨ ਜਵਾਹਰ ਮਾਣ ਕੇ, ਗੁਰਸਿੱਖਾਂ ਦਾ ਇਕੱਠ ਹੈ, ਪ੍ਰੇਮ ਵਾਲਿਆਂ ਦਾ, ਜਿਹਨਾਂ ਦਾ ਗੁਰੂ ਨਾਲ ਪਿਆਰ ਹੈ। ਇਹ ਆਮ ਇਕੱਠ ਨਹੀਂ ਹੈ ਇੱਥੇ ਵੀ ਖਿਡੌਣੇ ਖਰੀਦਣ ਆਏ ਆ, ਮੇਲਾ ਦੇਖਣ ਆਏ ਆ, ਏਦਾਂ ਨਹੀਂ। ਇਹ ਗੁਰੂ ਦਾ ਜਸ ਸੁਣਨ ਵਾਲੇ ਗੁਰਸਿੱਖ ਹੈ, ਗੁਰੂ ਨੂੰ ਪਿਆਰ ਕਰਨ ਵਾਲੇ ਨੇ। ਕਹਿੰਦਾ ਕਿਹੜਾ ਗੁਰੂ? ਕਹਿੰਦੇ ਗੁਰੂ ਉਹ ਸਾਹਮਣੇ ਗੁਰੂ ਪਾਤਸ਼ਾਹ ਦਰਸ਼ਨ ਦੇ ਰਹੇ ਆ, ਸ੍ਰੀ ਹਰਿਕ੍ਰਿਸ਼ਨ ਮਹਾਰਾਜ, ਅੱਠਵੇਂ ਗੁਰੂ ਨਾਨਕ। ਕਹਿੰਦਾ ਹਰਿਕ੍ਰਿਸ਼ਨ, ਕ੍ਰਿਸ਼ਨ ਭਗਵਾਨ ਤਾਂ ਮੈਂ ਸੁਣਿਆ, ਸਾਰੇ ਜਾਣਦੇ ਆ, ਆਹ ਦੋ ਅੱਖਰ ਹੋਰ ਲਾ ਲਏ ਮੂਹਰੇ ਲੋਕਾਂ ਨੂੰ ਪਿੱਛੇ ਲਾਉਣ ਵਾਸਤੇ। ਇਹ ਹਰਿਕ੍ਰਿਸ਼ਨ ਕਿਹੜਾ ਗੁਰੂ? ਉਹ ਸਾਹਮਣੇ ਜੋ ਦੇਖਿਆ ਨਾ ਦੂਰੋਂ ਬਾਹਰ ਖੜ ਕੇ, ਕਹਿੰਦਾ ਉਹ ਬਾਲਕ, ਨਿੱਕਾ ਛੋਟਾ ਬੱਚਾ, ਜਵਾਕ, ਉਹ ਗੁਰੂ ਹੈ। ਤਾੜੀ ਮਾਰ ਕੇ ਹੱਸਿਆ, ਕਹਿੰਦਾ ਮੈਂ ਹੈਰਾਨ ਹੈ, ਗੁਰੂ ਦੇ ਕੋਲੇ ਆਏ, ਗੁਰੂ ਤੁਹਾਨੂੰ ਪਾਰ ਲਾਊਗਾ ਸਾਰਿਆਂ ਨੂੰ। ਉਹ ਕਿੱਡੇ ਭੋਲੇ ਹੋ ਤੁਸੀਂ, 80-80 ਸਾਲ ਦੇ ਬੈਠੇ ਨੇ ਇਹਦੇ ਵਿੱਚ, ਸੰਗਤ ਵਿੱਚ, ਤੇ ਤੁਹਾਨੂੰ ਤੁਸੀਂ ਇੱਕ ਨਿੱਕੇ ਤੇ ਕਿਵੇਂ ਭਰੋਸਾ ਕਰ ਲਿਆ? ਏਡੇ ਏਡੇ ਬੱਚੇ ਤਾਂ ਖਡਾਏ ਜਾਂਦੇ ਨੇ। ਉਹ ਸਿੱਖ ਕਹਿੰਦਾ ਪੰਡਿਤ ਜੀ ਠੀਕ ਆ, ਤੁਸੀਂ ਪੜ੍ਹੇ ਲਿਖੇ ਹੋਵੋਗੇ, ਮਹਿਮਾ ਗੁਰਦੇਵ ਦੀ ਮੂਰਖ ਨਹੀਂ ਜਾਣਦੇ, ਇਹ ਤੇਰੇ ਵਰਗੇ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ। ਗੁਰੂ ਕੌਣ ਹੁੰਦਾ? ਉਹ ਗੁਰੂ ਦਾ ਉਮਰਾਂ ਨਾਲ ਸੰਬੰਧ ਨਹੀਂ। ਦੇਖਿਆ ਨਾ ਦਸਵੇਂ ਪਾਤਸ਼ਾਹ ਨੂੰ ਭੀਖਣ ਸ਼ਾਹ, ਛੋਟੀ ਜਿਹੀ ਉਮਰ ਵਿੱਚ ਭੀਖਣ ਸ਼ਾਹ ਮੱਥਾ ਟੇਕਦਾ ਆਪਦੀ ਚਿੱਟੀ ਦਾੜੀ। ਕਹਿੰਦਾ ਆਹ ਜਿਹੜੇ ਬਾਲਕ ਦੇ ਅੰਦਰ ਜਿਹੜੀ ਰੂਹ ਹੈ ਨਾ, ਜਿਹੜੀ ਆਤਮਾ ਹੈ, ਇੰਨੀ ਬਲਵਾਨ ਹੈ ਕਿ ਇਹਨੇ ਉਹ ਕੰਮ ਕਰਨੇ ਆ ਜਿਹੜੇ ਅੱਜ ਤੱਕ ਦੁਨੀਆਂ ਤੇ ਨਹੀਂ ਕਰ ਸਕਿਆ। ਛੋਟੀ ਉਮਰ ਅਜੇ ਤੌਲੀਆਂ ਦੇ ਵਿੱਚ ਬਲੇਟੇ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਤੇ ਮੱਥਾ ਟੇਕ ਰਿਹਾ ਭੀਖਣ ਸ਼ਾਹ, ਸ਼ਾਇਦ ਮੇਰੀ ਉਮਰ ਨਾ ਹੋਵੇ ਇੰਨੀ, ਪਰ ਜੋ ਇਹਨੇ ਕਰ ਦੇਣਾ ਨਾ ਅੱਜ ਤੱਕ ਦੁਨੀਆਂ ਤੇ ਨਹੀਂ ਕਿਸੇ ਨੇ ਕੀਤਾ ਹੋਵੇਗਾ। ਯਾਦ ਰੱਖਿਓ ਮੇਰੇ ਬੱਚਨ, ਪਤਾ ਹੁੰਦਾ ਇੱਥੇ ਉਮਰਾਂ ਦੀ ਗੱਲ ਨਹੀਂ। ਇੱਥੇ ਜਦੋਂ ਗੁਰਮੁਖ ਪਿਆਰਿਓ ਸਿੱਖ ਕਹਿੰਦਾ ਫਿਰ ਤੂੰ ਚਾਹੁਣਾ ਕੀ ਹੈ? ਕਹਿੰਦਾ ਮੈਂ ਇਹ ਚਾਹੁਣਾ, ਮੈਨੂੰ ਦੋ ਸਲੋਕਾਂ ਦੇ ਅਰਥ ਹੀ ਸੁਣਾ ਦੇ। ਕਹਿੰਦੇ ਅੱਛਾ, ਇੱਥੇ ਹੀ ਖੜਾ ਜੇ ਤੂੰ, ਇੰਨਾ ਕੀ ਭਰੋਸਾ ਹੈ ਤੇਰਾ ਗੁਰੂ ਤੇ? ਆ ਮੇਰੇ ਨਾਲ ਆ। ਫਿਰ ਉਹਨੂੰ ਪਤਾ ਹੈ ਗੁਰੂ ਸਮਰੱਥ ਹੈ, ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ ਹੈ। ਇਹ ਗੁਰ ਕੀ ਮਹਿਮਾ ਅਗਮ ਹੈ ਕਿ ਕਥੇ ਕਥਨ ਹਾਰ, ਇਹ ਪਤਾ ਨਹੀਂ, ਆ ਜਾ ਮੇਰੇ ਨਾਲ ਚੱਲ। ਤੇ ਜਦੋਂ ਗੁਰਮੁਖ ਪਿਆਰਿਓ ਆਇਆ ਨਾ, ਤੇ ਆ ਕੇ ਮਹਾਰਾਜ ਨੂੰ ਮੱਥਾ ਤਾਂ ਟੇਕਿਆ, ਕਿ ਸਾਰੀ ਸੰਗਤ ਟੇਕਦੀ ਸੀ, ਤੇ ਮਨ ਵਿੱਚ ਕੀ ਹੈ, ਐ ਮੈਂ ਦੋ ਸਵਾਲ ਪੁੱਛਣੇ ਹੈ, ਤੇ ਦੋ ਸਵਾਲਾਂ ਦੇ ਵਿੱਚ ਮੈਂ ਸਾਰੀ ਫੂਕ ਕੱਢ ਦੇਣੀ ਆ। ਉਹ ਦੋ ਸਵਾਲ, ਦੋ ਸਲੋਕਾਂ ਦੇ ਅਰਥ ਨਹੀਂ ਆਉਣੇ, ਤੇ ਮੁੜ ਕੇ ਗੁਰੂ ਦੀ ਬੇਅਦਬੀ ਹੋਊਗੀ, ਮੇਰੀ ਜੈ ਜੈਕਾਰ ਹੋਊਗੀ, ਤੇ ਗੁਰੂ ਨੂੰ ਲੋਕ ਕਹਿਣਗੇ ਇਸਦਾ ਲਾਇਆ ਸਾਰਾ ਭੁਲੇਖਾ ਹੀ ਚੱਕਤਾ ਪੰਡਿਤ ਜੀ ਨੇ ਤਾਂ ਆ ਕੇ, ਪੰਡਿਤ ਜੀ ਨੇ ਤਾਂ ਸਾਰਾ ਭੁਲੇਖਾ ਹੀ ਚੱਕਤਾ, ਤੇ ਅਸੀਂ ਤਾਂ ਐਵੇਂ ਮੱਥੇ ਟੇਕੀ ਜਾਂਦੇ ਸੀ। ਅੱਜ ਵੀ ਕਈਆਂ ਨੂੰ ਬੜਾ ਭੁਲੇਖਾ ਗੁਰੂ ਦੀ ਸ਼ਕਤੀ ਤੇ, ਉਹ ਉਂਗਲਾ ਚੁੱਕਦੇ ਨੇ, ਅਜੇ ਵੀ ਹੈਗਾ, ਪਰ ਮਹਾਰਾਜ ਅਜੇ ਚੁੱਪ ਨੇ, ਛੇਤੀ ਨਹੀਂ ਕੁਛ ਕਰਦੇ ਹੁੰਦੇ। ਗੁਰੂ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਸਲੋਕ ਹੀ ਸੁਣਾ ਦਿਓ, ਦੋ ਸਲੋਕਾਂ ਦੇ ਅਰਥ ਕਰਕੇ ਸੁਣਾ ਦਿਓ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਜੇ ਅਜੇ ਸੁਣਾ ਤੇ ਨਾ, ਇਹਨੇ ਉੱਥੇ ਜਾ ਕੇ ਮਨ ਨੇ ਫਿਰ ਹੁੱਜ ਮਾਰਨੀ ਆ,
ਵੀ ਮੈਂ ਆਹ ਪੁੱਛਣੇ ਸੀ, ਆਹ ਆਹ ਤੇ ਪਿਤਾ ਨੇ ਪੜ੍ਹਾਤੇ ਹੋਣੇ। ਤੇ ਜਦੋਂ ਗੁਰੂ ਪਿਆਰਿਓ ਜਾ ਕੇ ਉੱਥੇ ਸਾਹਮਣੇ ਖੜ ਗਿਆ ਤੇ ਮਹਾਰਾਜ ਕਹਿੰਦੇ ਲੈ ਵੀ ਕਹਿੰਦੇ ਪੰਡਤਾ ਤੈਨੂੰ ਅਰਥ ਤਾਂ ਸੁਣਾਵਾਂਗੇ, ਪਰ ਸੁਣਾਵਾਂਗੇ ਉਹਦੇ ਕੋਲੋਂ ਜਿਹੜਾ ਅੱਜ ਤੱਕ ਕਦੇ ਜ਼ਬਾਨ ਤੋਂ ਕੋਈ ਬੋਲਿਆ ਨਹੀਂ। ਉਹਦਾ ਲੋਕ ਨਹੀਂ ਖੋਲ ਸਕਦਾ ਕੋਈ, ਜਿਹਦੇ ਜ਼ਬਾਨ ਨੂੰ ਲੋਕ ਲੱਗਿਆ ਨਾ ਮੁੱਢ ਤੋਂ ਜਮਾਂਦਰੂ, ਉਹ ਬਹੁਤ ਔਖਾ ਖੁੱਲਦਾ ਹੈਗਾ, ਗੁਰੂ ਹੀ ਕਿਰਪਾ ਕਰੇ ਤਾਂ ਖੁੱਲ ਜਾਂਦਾ। ਨਹੀਂ ਨਹੀਂ, ਜਿਹਦੇ ਕੰਨ ਬੰਦ ਹੋਣ ਮੁੱਢ ਤੋਂ ਤੇ ਉਹ ਜਿਹੜੇ ਉਹੇ ਜਾ ਕੋਈ ਬੰਦਾ ਲੈ ਕੇ ਆਵੇ ਨਾ ਜਿਹਨੂੰ ਸੁਣਦਾ ਵੀ ਨਹੀਂ ਤੂੰ ਬੋਲਿਆ ਕੀ ਹੈ ਤੇ ਉਹਨੂੰ ਸੁਣਿਆ ਵੀ ਕੁਛ ਨਹੀਂ, ਉਹਦੇ ਕੋਲੋਂ ਅਰਥ ਕਰਾਵਾਂਗੇ। ਲੈ ਗੁਰੂ ਪਿਆਰਿਓ ਲੱਭਣ ਤੁਰ ਪਿਆ, ਲੱਭਣ ਜਦੋਂ ਲੱਭਣ ਤੁਰਿਆ ਨਾ ਤੇ ਲੱਭ ਲਿਆ ਬੰਦਾ, ਬੰਦਾ ਲੱਭ ਲਿਆ, ਮੂੰਹ ਚੋਂ ਲਾਲਾਂ ਡਿੱਗਦੀਆਂ ਨੇ, ਬੋਲਿਆ ਜਾਂਦਾ ਨੀ, ਜ਼ਬਾਨ ਬੰਦ ਹੈ। ਜਦੋਂ ਲੈ ਕੇ ਆਉਂਦਾ ਮਹਾਰਾਜ ਕਹਿੰਦੇ ਸਿੱਖੋ ਇਹਦੇ ਨਾ ਸੁੰਦਰ ਵਸਤਰ ਪਵਾ ਕੇ ਲੈ ਕੇ ਆਓ ਦਰਬਾਰ ਦੇ ਵਿੱਚ। ਰੂੜੀਆਂ ਤੋਂ ਫਿਰਦਾ ਇਹੋ ਜਿਹਾ ਬੰਦਾ ਹੀ ਫਿਰਦਾ ਹੁੰਦਾ, ਕੌਣ ਪੁੱਛਦਾ, ਬਥੇਰੇ ਅੱਜ ਵੀ ਫਿਰਦੇ ਨੇ। ਉਹ ਜਦੋਂ ਲੈ ਕੇ ਆਉਂਦਾ ਨਾ ਤੇ ਸਾਹਮਣੇ ਲਿਆਂਦਾ, ਮੱਥਾ ਟੇਕਿਆ ਕੇ ਮਹਾਰਾਜ ਨੂੰ ਤੇ ਇਧਰਲੇ ਪਾਸੇ ਕੋਲੇ ਬਿਠਾ ਲਿਆ ਨਾਲ ਆਪਦੇ ਬਿਲਕੁਲ ਕੋਲੇ। ਹੁਣ ਸਾਹਿਬ ਸਤਿਗੁਰੂ ਨਿਰੰਕਾਰ ਮੇਰੇ ਚੋਜੀ ਪ੍ਰੀਤਮ ਕਹਿੰਦੇ ਪੰਡਿਤ ਜੀ ਲੈ ਪੜ੍ਹ ਸਲੋਕ, ਕਿਹੜੇ ਸਲੋਕ ਦੇ ਅਰਥ ਸੁਣਨੇ ਆ ਤੈਨੂੰ, ਆਹ ਸੁਣਾਵੇਗਾ। ਅੰਦਰ ਅੰਦਰ ਹੱਸਦਾ ਇਹ ਕਿਤੇ ਬੋਲਿਆ ਨਹੀਂ, ਜਵਾਕਾਂ ਵਾਲੀਆਂ ਗੱਲਾਂ ਹੀ ਕਰਦੇ ਆ ਨਾ, ਪਹਿਲਾਂ ਮੈਨੂੰ ਉਧਰ ਟਾਲਤਾ ਵੀ ਥਿਉਣੇ ਹੀ ਨੀ ਇਹਨੂੰ, ਮੈਂ ਲੱਭ ਲਿਆ ਆ, ਪਹਿਲਾਂ ਮੈਨੂੰ ਜਵਾਬ ਆਪ ਤੋਂ ਤਾਂ ਆਇਆ ਨੀ ਵੀ ਚੱਲ ਕੋਈ ਗੂੰਗਾ ਕਮਲਾ ਥਿਉਣਾ ਹੈ ਨੀ, ਮੈਂ ਲੱਭ ਲਿਆ ਆ। ਹੁਣ ਕਹਿੰਦੇ ਇਹ ਬੋਲ ਕੇ ਸੁਣਾਊਗਾ ਵੀ ਭਲਿਆ ਭਲਿਓ, ਇਹ ਤਾਂ ਕਦੇ ਜਮਾਂਦਰੂ ਹੈ, ਇਹ ਤਾਂ ਗੂੰਗਾ ਤਾਂ ਬੋਲ ਹੀ ਨੀ ਸਕਦਾ, ਇਹ ਸੁਣਾਊਗਾ ਤੇ ਪੜ੍ਹਦਾ ਸਲੋਕ। ਤੇ ਜਦੋਂ ਸਲੋਕ ਪੜ੍ਹਿਆ, ਜਦੋਂ ਸਲੋਕ ਪੜ੍ਹਿਆ ਤੇ ਮਹਾਰਾਜ ਦੇ ਹੱਥ ਵਿੱਚ ਛਟੀ ਸੀ, ਉਹ ਗੂੰਗੇ ਦੇ ਨਾ ਸਿਰ ਤੇ ਰੱਖ ਲਈ ਏਦਾਂ ਸੱਜੂ ਜੀਵਰ ਦੇ, ਜਦੋਂ ਸਿਰ ਤੇ ਰੱਖੀ ਨਾ ਤੇ ਉਹਦਾ ਗੁਰਮੁਖ ਪਿਆਰੋ ਲੋਕ ਖੁੱਲ ਗਿਆ। ਇਹ ਤੇ ਸ਼ੰਕਾ ਨਹੀਂ ਕਰ ਸਕਦੇ ਅਸੀਂ, ਕੀ ਆਖਣਾ ਕਿਸੇ ਨੂੰ ਹੋਵੇ, ਪਰ ਮੇਰਾ ਸਾਹਿਬ ਇਹ ਤਾਂ ਕੀ ਉਹ ਤਾਂ ਉਹ ਲੋਕ ਖੋਲ ਦਿੰਦਾ ਜਿਹੜੇ ਅੰਦਰ ਜਿਹੜੇ ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰੱਖੀ ਜੈ, ਵਜਰ ਕਪਾਟਣਾ ਖੁੱਲਣੀ ਗੁਰ ਸ਼ਬਦ ਖਲੀਜਾ, ਵਜਰ ਕਪਾਟਾਂ ਨੂੰ ਖੋਲਣ ਨੂੰ ਸਮਰੱਥ ਹੈ ਮੇਰਾ ਸਤਿਗੁਰੂ, ਆ ਤਾਂ ਗੱਲਾਂ ਹੀ ਕੁਛ ਨਹੀਂ ਗੀਆਂ, ਤੁਸੀਂ ਬਾਣੀ ਤਾਂ ਪੜ੍ਹ ਕੇ ਦੇਖੋ ਉਹ ਕਿੰਨੀਆਂ ਪਾਵਰਾਂ ਦਾ ਮਾਲਕ ਹੈ। ਜਦੋਂ ਮਹਾਰਾਜ ਨੇ ਰੱਖੀ ਨਾ ਛਟੀ ਸਿਰ ਤੇ ਗੁੰਗਾ ਜਿਹੜਾ ਸੀ ਉਹ ਜ਼ਬਾਨ ਤੋਂ ਬੋਲ ਪਿਆ, ਲੋਕ ਲੁਕ ਟੁੱਟ ਗਏ ਉਹਦੇ, ਖੁੱਲ ਗਏ ਸਾਰੇ। ਉਹ ਜਦੋਂ ਬੋਲਿਆ ਨਾ ਕਹਿੰਦਾ ਉਹ ਪੰਡਿਤ ਸ਼ੁੱਧ ਪੜ੍ਹ, ਅਸ਼ੁੱਧ ਪੜ੍ਹੀ ਜਾਣਾ ਤੂੰ, ਤੈਨੂੰ ਤਾਂ ਅਜੇ ਪੜ੍ਹਨਾ ਵੀ ਨਹੀਂ ਆਉਂਦਾ। ਤੇ ਸੱਚ ਜਾਣਿਓ ਗੁਰਮੁਖ ਪਿਆਰੋ, ਇੱਕ ਰੂੜੀਆਂ ਤੋਂ ਫਿਰਦਾ ਬੰਦਾ ਤੇ ਇੱਕ ਇਲਾਕੇ ਦਾ ਮੰਨਿਆ ਪ੍ਰਮੰਨਿਆ ਪੰਡਿਤ ਵੀ ਜਿਹਦੇ ਮੂਹਰੇ ਨਾ ਖੜ ਸਕੇ ਕੋਈ, ਤੇ ਜਦੋਂ ਉਹ ਬੋਲਿਆ ਨਾ, ਜਦੋਂ ਬੋਲਿਆ ਨਾ ਵੀ ਸ਼ੁੱਧ ਪੜ੍ਹ ਤੇ ਧਰਤੀ ਵੇਲ ਨਾ ਦੇਵੇ, ਧਰਤੀ ਵੇਲ ਨਾ ਦੇਵੇ ਵੀ ਇਹ ਮੇਰੇ ਮੂਹਰੇ ਐਡੀ ਗੱਲ ਕਹਿ ਦਿੱਤੀ ਕਿ ਮੈਨੂੰ ਅਜੇ ਪੜ੍ਹਨਾ ਵੀ ਨਹੀਂ ਆਉਂਦਾ। ਹਾਂ ਤੈਨੂੰ ਅਜੇ ਪੜ੍ਹਨਾ ਵੀ ਨਹੀਂ ਆਉਂਦਾ, ਮੈਂ ਸੁਣਾਉਣਾ ਤੈਨੂੰ ਪੜ੍ਹ ਕੇ, ਇੱਥੇ ਵਿਸਰਾਮ ਲੱਗਦਾ ਇੱਦਾਂ ਪੜ੍ਹ। ਜਦੋਂ ਇਉਂ ਪੜ੍ਹਿਆ ਨਾ ਤੇ ਪੰਡਿਤ ਦੀ ਫੂਕ ਨਿਕਲ ਗਈ ਸਾਰੀ, ਕੱਢਦਾ ਸੀ ਗੁਰੂ ਸਾਹਿਬ ਨੂੰ ਵੀ ਮੈਂ ਬੇਅਦਬੀ ਕਰੂੰਗਾ ਗੁਰੂ ਦੀ, ਇੱਥੇ ਬੜੇ ਅੜੇ ਸੋ ਝੜੇ ਸਰਨ ਪਰੇ ਸੋ, ਇੱਥੇ ਬੜੇ ਆਏ ਨੇ ਫੌਜਾਂ ਲੈ ਕੇ ਵੀ ਆਏ, ਵਿਦਿਆ ਲੈ ਕੇ ਵੀ ਆਏ, ਪਰ ਇੱਥੇ ਗੁਰਮੁਖ ਪਿਆਰੋ ਕਿਸੇ ਦੀ ਨਹੀਂ ਚੱਲਦੀ, ਇਸ ਦਾ ਸ਼ਰਨ ਪੈ ਕੇ ਤਰਦਾ। ਹੁਣ ਜਦੋਂ ਹੱਥ ਜੋੜਦੇ, ਹੁਣ ਤਾਂ ਸੁਣਾਉਂਦਾ ਅਰਥ, ਜਦੋਂ ਅਰਥ ਸੁਣਾਏ ਨਾ ਤੇ ਹੱਥ ਜੋੜ ਗਏ ਏਦਾਂ, ਕਹਿੰਦਾ ਮਹਾਰਾਜ ਇਹੋ ਜਿਹੇ ਤਾਂ ਕਿਤੇ ਅਰਥ ਮੈਂ ਕਦੇ ਸੁਣੇ ਹੀ ਨਹੀਂ, ਅੱਗੇ ਤਾਂ ਹੰਕਾਰ ਦੀ ਅੱਗ ਲੱਗਦੀ ਸੀ, ਅੱਜ ਸੁਣ ਕੇ ਤਾਂ ਠੰਡ ਪੈ ਗਈ ਹੈ ਅੰਦਰ, ਅੱਜ ਸ਼ਾਂਤੀ ਮਿਲ ਗਈ, ਜਿਵੇਂ ਪਿਆਸੇ ਨੂੰ ਪਾਣੀ ਪਿਆ ਦਿਓ ਨਾ, ਕਹਿੰਦਾ ਜਾਨ ਬਚ ਗਈ। ਤੇ ਉੱਥੇ ਹੁਣ ਇੱਕ ਗੱਲ ਸੋਚਦਾ ਹੈ, ਕਹਿੰਦਾ ਮਹਾਰਾਜ ਉਹ ਤਾਂ ਠੀਕ ਹੈ ਸਾਰਾ ਕੁਛ, ਪਰ ਮੇਰੇ ਨੂੰ ਆਹ ਨਹੀਂ ਮੈਨੂੰ ਸਮਝ ਆ ਰਹੀ ਵੀ ਇਹ ਬੋਲ ਕਿਵੇਂ ਪਿਆ, ਕਿੱਦਾਂ ਖੇਡ ਵਰਤ ਗਈ, ਇਹ ਕੀ ਗੱਲ ਬਣ ਗਈ। ਉਸ ਵੇਲੇ ਜਿਹੜਾ ਸਿੱਖ ਨਾਲ ਲੈ ਕੇ ਆਉਂਦਾ ਸੀ ਕਹਿੰਦੇ ਉਹ ਪੰਡਤਾ ਇਹ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਇਹਦੀ ਮਹਿਮਾ ਅਪਰ ਅਪਾਰ ਹੈ ਜੀ, ਤਾਂ ਜਿਹੜੀਆਂ ਇੱਥੇ ਇੱਥੇ ਤਾਂ ਮੁਰਦਿਆਂ 'ਚ ਸਾਹ ਪੈ ਜਾਂਦੇ ਆ, ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਸ਼ਰਤ ਆਣ ਮਲਾਇਆ, ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰਨਾਮਾ ਮੁਖ ਗਾਇਆ।
ਉਹ ਸਿੱਖ ਦੱਸਦਾ ਪੰਡਿਤ ਨੂੰ ਇੱਥੇ ਗੂੰਗੀਆਂ ਜ਼ਬਾਨਾਂ ਬੋਲ ਪੈਂਦੀਆਂ ਬੋਲਿਆਂ ਨੂੰ ਬੋਲ ਸੁਣ ਦੇ ਇੱਥੇ ਗੂੰਗੀਆਂ ਜ਼ਬਾਨਾਂ ਬੋਲ ਪੈਂਦੀਆਂ ਬੋਲਿਆਂ ਨੂੰ ਬੋਲ ਸੁਣ ਦੇ ਪਾਰ ਪਰੇ ਖਲ ਚਤੁਰ ਬਕੀ ਅੰਦਲੇ ਤਿਰ ਪਵਨ ਸੁਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਬੈਲ ਖੋਈ ਕੁੱਟ ਅੱਗ ਹਰੇ ਨਿਰਮਲ ਪਏ ਜੀਤਾ ਪਿੰਗਲ ਪਰਬਤ ਪਾਰ ਪਰੇ ਪਿੰਗਲੇ ਪਹਾੜਾਂ ਤੇ ਚੜ ਜਾਂਦੇ ਨੇ ਇੱਥੋਂ ਪਾਵਰਾਂ ਲੈ ਕੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤਿਰ ਭਵਨ ਸੁਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਜੀਤਾ ਇਹ ਗੁਰੂ ਦਰਬਾਰ ਦੀ ਮਹਿਮਾ ਹੈ ਸੱਚਾ ਤੂੰ ਆਪ ਹੈ ਸੱਚਾ ਦਰਬਾਰ ਤੇਰਾ ਜਿਹੜਾ ਪੰਡਿਤ ਆਇਆ ਸੀ ਨਾ ਹੁਣ ਉਲਟ ਹੋ ਗਈ ਗੱਲ ਹੁਣ ਗੁਰੂ ਦੇ ਚਰਨਾਂ ਤੇ ਡਿੱਗ ਪਿਆ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰ ਦਿਓ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐ ਤਾਂ ਨਹੀਂ ਹੁੰਦੀ ਟਿੱਬਿਆਂ ਤੇ ਪਾਣੀ ਨਹੀਂ ਖੜਦਾ ਮਨ ਨੀਵਾਂ ਕਰਨਾ ਪਾਣੀ ਨੀਵੇਂ ਥਾਂ ਖੜਦਾ ਤੂੰ ਤਾਂ ਬਹੁਤ ਉੱਚਾ ਬਣਿਆ ਮੈਂ ਤੂੰ ਤਾਂ ਇਲਾਕੇ ਜਿੱਤਦਾ ਫਿਰਦਾ ਇੱਥੇ ਹਾਰਨਾ ਪੈਂਦਾ ਗੁਰਮੁਖ ਹਾਰ ਚੱਲੇ ਜੱਗ ਉਹ ਜਿੱਤਣ ਜਿੱਤਣ ਸਭ ਕੋਈ ਖੇਡੇ ਤੂੰ ਹਾਰਨ ਖੇਡ ਫਕੀਰਾ ਉਹ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰਨ ਦਾ ਮੁੱਲ ਤੂੰ ਤਾਂ ਜਿੱਤਦਾ ਫਿਰਦਾ ਇੱਥੇ ਹਾਰਨਾ ਪੈਂਦਾ ਗੁਰੂ ਕੋਲੇ ਓਏ ਮਨ ਨੀਵਾ ਕਰਨਾ ਪੈਂਦਾ ਵੱਡੇ ਨਹੀਂ ਛੋਟੇ ਬਣੀਦਾ ਆ ਦੇਖਿਆ ਨਾ ਸਮੁੰਦਰ ਕਿੱਡਾ ਖਾਰਾ ਹੈ ਕੁਰਲੀ ਨਹੀਂ ਕਰਦਾ ਕੋਈ ਇੱਥੇ ਨਿੱਕੇ ਨਿੱਕੇ ਨਲਕਿਆਂ ਦਾ ਪੰਪਾਂ ਦਾ ਪਾਣੀ ਮਿੱਠਾ ਲੋਕਾਂ ਦੀਆਂ ਲੈਣਾਂ ਲੱਗੀਆਂ ਪਈਆਂ ਕਹਿੰਦਾ ਮੈਨੂੰ ਬਾਲਟੀ ਭਰ ਲੈਂਦੇ ਛੇਤੀ ਘਰੇ ਲੈ ਕੇ ਜਾਣਾ ਪੀਣ ਵਾਸਤੇ ਇੱਥੇ ਐਡੇ ਐਡੇ ਸਮੁੰਦਰ ਖਾਰੇ ਨੇ ਇੱਥੇ ਨੀਵਾ ਕਰਨਾ ਪੈਂਦਾ ਸੇਵਾ ਕਰ ਸੇਵਾ ਜੋੜੇ ਝਾੜ ਸੰਗ ਦੇ ਤੇਰੇ ਅੰਦਰ ਥਾਂ ਬਣੇ ਕੋਈ ਬਚਨ ਟਿਕ ਜੇ ਤੇਰੇ ਅੰਦਰ ਫਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਫਲ ਨੀਵਿਆਂ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਸਿਮਲਾ ਸਿਮਲਾ ਉੱਚਾ ਹੋ ਕੇ ਮਾਣ ਨਾ ਕਰੀ ਉਹ ਫਲ ਨੀਵਿਆਂ ਫਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਫਲ ਨੀਵਿਆਂ ਫਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਸਿਮਲਾ ਸਿਮਲਾ ਉੱਚਾ ਹੋ ਕੇ ਮਾਣ ਨਾ ਕਰੀ ਰੁੱਖਾਂ ਨੂੰ ਮਿੱਠੇ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਸ਼ਿਮਲਾ ਸ਼ਿਮਲਾ ਉੱਚਾ ਹੋ ਕੇ ਮਾਣ ਨਾ ਕਰੀ ਫਲ ਨੀਵਿਆਂ ਉਹ ਸਮਾਂ ਨਹੀਂ ਇਜਾਜ਼ਤ ਦਿੰਦਾ ਕਿਉਂਕਿ ਮੈਨੂੰ ਹੁਕਮ ਹੋਇਆ ਸੀ 11 ਵਜੇ ਦਾ ਪਰ ਅਜੇ 5 ਮਿੰਟ ਰਹਿੰਦੇ ਨੇ ਕਿਉਂਕਿ ਬੜੇ ਸਤਿਕਾਰਯੋਗ ਸਾਡੇ ਸਿੰਘ ਸਾਹਿਬ ਜੀ ਉਹਨਾਂ ਨੇ ਵੀ ਸਮਾਂ ਲਾਉਣਾ ਹੈ ਹੋਰ ਵੀ ਬੁਲਾਰੇ ਆ ਰਹੇ ਨੇ
ਤੇ ਭਾਵੇਂ 5 ਮਿੰਟ ਪਏ ਨੇ ਪਰ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਤੁਸੀਂ ਬਹੁਤ ਬਹੁਤ ਪਿਆਰ ਦੇ ਵਿੱਚ ਬੈਠੇ ਹੋ, ਗੁਰੂ ਦਰਬਾਰ ਵਿੱਚ ਬੈਠੇ ਹੋ, ਸਤਿਗੁਰੂ ਸਭ ਤੇ ਕਿਰਪਾ ਕਰਨ ਤੇ ਸਾਡੇ ਬੜੇ ਹੀ ਪਿਆਰ ਵਾਲੇ ਸਰਦਾਰ ਮਹਿੰਦਰ ਸਿੰਘ ਜੀ, ਚੱਠਾ ਸਾਹਿਬ ਜੀ, ਸਾਰਾ ਪਰਿਵਾਰ ਇਹਨਾਂ ਦਾ, ਸਰਦਾਰ ਅਵਤਾਰ ਸਿੰਘ ਜੀ ਕਲੇਰ ਸਾਹਿਬ, ਅਮਰਪ੍ਰੀਤ ਸਿੰਘ ਬੈਸ ਜੀ, ਸੋ ਮਹਾਰਾਜ ਕਿਰਪਾ ਕਰੇ ਇਹਨਾਂ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ੇ, ਅੰਦਰ ਸੇਵਾ ਕਰਨ ਦਾ ਜਜ਼ਬਾ ਬਖਸ਼ੇ, ਹੋਰ ਕਿਰਪਾ ਕਰੇ, ਬਖਸ਼ਿਸ਼ ਕਰੇ ਕਿ ਵੱਧ ਚੜ੍ਹ ਕੇ ਅਸੀਂ ਇਲਾਕੇ ਦੀ ਦੁਖੀਆਂ ਦੀ ਮਦਦ ਕਰ ਸਕੀਏ, ਸੇਵਾ ਕਰ ਸਕੀਏ ਅਤੇ ਆਪਣੇ ਗੁਰੂ ਦੀ ਖੁਸ਼ੀ ਲੈ ਸਕੀਏ। ਕਿਉਂਕਿ ਸੇਵਾ ਸੇਵਾ ਤੇ ਰੀਝਦਾ ਗੁਰੂ, ਗੁਰੂ ਰੀਝਦਾ ਕੀਤੇ ਹੈ ਸੇਵਾ। ਜਿਹਨਾਂ ਜਿਹਨਾਂ ਨੇ ਵੀ ਸੇਵਾ ਕੀਤੀ ਹੈ ਨਾ, ਉਹਨਾਂ ਨੂੰ ਚੱਕ ਕੇ ਗਲ ਨਾਲ ਲਾ ਲਿਆ, ਉਹਨਾਂ ਨੂੰ ਮੂੰਹ ਮੰਗੀਆਂ ਮੁਰਾਦਾਂ ਦੇ ਤੀਆਂ। ਮਹਾਰਾਜ ਸੇਵਾਦਾਰ ਨੂੰ ਤਾਂ ਆਪ ਪੁੱਛਦੇ ਹੈ ਕਿ ਉਹ ਦੱਸ, ਉਹ ਸੇਵਾਦਾਰਾ ਤੈਨੂੰ ਮੈਂ ਦੇਵਾਂ ਕੀ ਦੇਵਾਂ ਤੈਨੂੰ ਮੈਂ। ਆਪ ਮਹਾਰਾਜ 12-12 ਸਾਲ ਸੇਵਾ ਕੀਤੀ ਗੁਰਸਿੱਖਾਂ ਨੇ, ਪਰ ਸਤਿਗੁਰੂ ਪੁੱਛਦੇ ਆ ਬਾਂਹ ਤੋਂ ਫੜ ਕੇ, ਉਹ ਇੱਕ ਵਾਰੀ ਤਾਂ ਮੁੱਖ 'ਚ ਬੋਲਦੇ ਮੈਂ ਤੈਨੂੰ ਕੀ ਦੇ ਦਿਆਂ, ਪਰ ਕਹਿੰਦੇ ਨਹੀਂ ਮਹਾਰਾਜ, ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ। ਮਹਾਰਾਜ ਚਰਨਾਂ ਦੀ ਪ੍ਰੀਤ ਬਖਸ਼ੋ, ਬਸ ਹੋਰ ਨੀ ਕੁਝ ਚਾਹੀਦਾ, ਦਰ ਘਰ ਦੀ ਸੇਵਾ ਬਖਸ਼ੋ, ਹੋਰ ਨੀ ਕੁਝ ਚਾਹੀਦਾ। ਆਓ, ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ, ਬਹੁਤ ਹੀ ਸਾਡੇ ਸਤਿਕਾਰਯੋਗ ਪ੍ਰਬੰਧਕ ਸਰਦਾਰ ਜਗਜੀਤ ਸਿੰਘ ਜੀ, ਉਹਨਾਂ ਦਾ ਵੀ ਬਹੁਤ ਧੰਨਵਾਦ। ਇਹ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਇਹ ਜਿਹੜੀ ਇਲਾਕੇ ਦੀ ਸੇਵਾ, ਸੰਗਤਾਂ ਦੀ ਸੇਵਾ ਤੇ ਆ ਗੁਰੂ ਘਰ ਦੇ ਦਰਬਾਰ ਸਾਰਿਆਂ ਦੀ ਸੇਵਾ ਕਰ ਰਹੇ ਨੇ। ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ੇ, ਖੁਸ਼ੀਆਂ ਬਖਸ਼ੇ। ਤੇ ਆਓ, ਸਾਡੇ ਕੋਲੋਂ ਬਹੁਤ ਭੁੱਲਾਂ ਰਹਿ ਗਈਆਂ ਹੋਣਗੀਆਂ, ਸੋ ਅਣਜਾਣ ਬੱਚੇ ਸਮਝ ਕੇ ਮਾਫੀ ਦੇਣੀ, ਕਿਉਂਕਿ ਮਹਾਂਪੁਰਖਾਂ ਦਾ ਸਰੀਰ ਵੱਡਾ ਹੈ, ਉਹ ਆਪ ਨਹੀਂ ਆ ਸਕਦੇ, ਪਰ ਇਹਨਾਂ ਦਾ ਪਿਆਰ ਬਹੁਤ ਹੈ, ਬਾਬਾ ਜੀ ਦਾ ਵੀ ਬਹੁਤ ਪਿਆਰ ਹੈ ਇਹਨਾਂ ਨਾਲ। ਸੋ ਇਹ ਇੱਦਾਂ ਹੀ ਰਵੇ, ਸਤਿਗੁਰੂ ਕਿਰਪਾ ਕਰਨ, ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ